हाँ जी दोस्तों, अज आपां गल करनी जिहड़ी ओह इस चीज़ बारे, इहो जिही चीज़ आ जिहदे बारे जिहड़ा मेरी जिंदगी उत्ते बहुत वड्डा प्रभाव आ, जां जिहड़ी मेरी जिंदगी दा बहुत एक अहम हिस्सा, ओह है मेरा पिंड। मेरा पिंड फराला, जिहड़े लोग मैनूं जाणदे उहनां नूं पता, ते जिन्हें नहीं भी जाणदे उहनां नूं दस दिंदा कि फराला पहला जलंधर विच पैंदा सी, हुण ओह नवांशहर जिले विच आ गया। फराला दुआबे दा ਉਹ ਪਿੰਡ ਆ ਜਿਹੜਾ ਰਣਜੀਤ ਸਿੰਘ ਦੀਆਂ, ਮਹਾਰਾਜਾ ਰਣਜੀਤ ਸਿੰਘ ਦੀਆਂ ਗੁੱਡ ਬੁੱਕਸ ਵਿੱਚ ਸੀ। ਜਦੋਂ ਇੱਕ ਵਾਰੀ ਜਿਹੜਾ ਦੁਆਬਾ ਸੀ ਰਣਜੀਤ ਸਿੰਘ ਲਈ ਬਹੁਤ ਉਪਜਾਊ ਏਰੀਆ ਸੀ, ਜਿਹੜਾ ਜਦੋਂ ਇੱਕ ਰਾਜੇ ਹਾਲਾ ਇਕੱਠੇ ਕਰਦੇ ਜਾਂ ਮਾਮਲਾ ਇਕੱਠੇ ਕਰਦੇ, ਅੱਜ ਦੇ ਦਿਨਾਂ ਵਿੱਚ ਉਹ ਜਿੱਥੋਂ ਜ਼ਿਆਦਾ ਹਾਲਾ ਜਾਂਦਾ, ਜ਼ਿਆਦਾ ਉਹਨੂੰ ਲਗਾਨ ਕਹਿੰਦੇ ਹਿੰਦੀ ਵਿੱਚ, ਉਹ ਜਾਂਦਾ ਉਹੀ ਪਿੰਡ ਉਹ ਲਈ ਜ਼ਿਆਦਾ ਅਹਿਮ ਹੁੰਦਾ ਸੀ ਰਾਜੇ ਲਈ। ਅਤੇ ਫਰਾਲਾ ਜਿਹੜੇ ਦੁਆਬੇ ਦੇ 900 ਜਾਂ 1100 ਪਿੰਡ ਉਹਦੇ ਉਹਨੇ ਗਿਣੇ ਹੋਏ ਸੀ, ਇਹ ਮੇਰੇ ਖਾਸ ਪਿੰਡ ਆ, ਉਹਨਾਂ ਵਿੱਚ ਇੱਕ ਪਿੰਡ ਸੀ ਫਰਾਲਾ। ਅਤੇ ਚਲੋ ਫਰਾਲੇ ਦੀ ਆਪਣੀ ਜਿਹੜੀ ਅਹਿਮੀਅਤ ਆ ਉਹ ਇੱਕ ਹੈਗੀ, ਉਹ ਜੋ ਇਹਦਾ ਹੈ, ਪਰ ਮੇਰੇ ਲਈ ਉਹ ਬੜਾ, ਮੇਰਾ ਪਿੰਡ ਬਹੁਤ ਅਹਿਮ ਹੈ। ਅਹਿਮ ਇਸ ਤਰੀਕੇ ਨਾਲ ਵੀ ਹੈ ਕਿ ਜਿਹੜੇ ਜਦੋਂ ਤੁਸੀਂ ਤੁਹਾਡਾ ਬਚਪਨ ਹੁੰਦਾ, ਜਿਹੜਾ ਅਸੀਂ ਮਤਲਬ ਸਾਈਕੋਲੋਜਿਸਟ ਕਹਿੰਦੇ ਆ ਵੀ ਜਿਹੜਾ ਬੰਦੇ ਦਾ ਬਚਪਨ ਜਾਂ ਟੀਨੇਜ ਹੁੰਦੀ ਹੈ, ਜਦ ਤੱਕ ਉਹ ਜਿਸ ਦੁਨੀਆ ਵਿੱਚ ਰਹਿੰਦਾ ਹੁੰਦਾ, ਉਹ ਦੁਨੀਆ ਸਾਰੀ ਉੱਤੇ ਹਾਵੀ ਰਹਿੰਦੀ ਹੈ, ਉਹ ਸਾਰੀ ਜ਼ਿੰਦਗੀ 'ਤੇ ਹਾਵੀ ਰਹਿੰਦੀ ਆ। ਮੈਂ ਆਪਣੇ ਪਿੰਡ ਆਪਣੀ ਜ਼ਿੰਦਗੀ ਦੇ ਪਹਿਲੇ 20-22 ਸਾਲ ਜਾਂ 24 ਸਾਲ ਰਿਹਾ, ਉਹ 24 ਸਾਲ ਮੇਰੇ ਬਾਕੀ ਦੇ 45 ਸਾਲਾਂ ਦੇ ਉੱਤੇ ਹਾਵੀ ਆ, ਉਹਨਾਂ ਨੂੰ ਡੋਮੀਨੇਟ ਕਰਦੇ ਆ। ਜੋ ਕੁਛ ਮੈਨੂੰ ਉਹ 24 ਸਾਲਾਂ ਦਾ ਯਾਦ ਆ ਜਾਂ ਜਿਹੜਾ ਮੇਰਾ ਤਜਰਬਾ 24 ਸਾਲ ਦਾ, ਉਹ ਮੇਰਾ ਬਾਕੀ ਦੀ ਜ਼ਿੰਦਗੀ ਦੇ ਤਜਰਬੇ ਦੇ ਮੂਹਰੇ ਬਹੁਤ ਰਿਚ ਆ। ਮੈਂ ਆਪਣੇ ਪਿੰਡ ਨੂੰ ਆਪਣੀਆਂ ਲਿਖਤਾਂ ਵਿੱਚ ਬਾਰ ਬਾਰ ਲਿਆਂਦਾ। ਮੈਨੂੰ ਮੇਰੇ ਬਹੁਤ ਸਾਰੇ ਦੋਸਤ ਕਹਿੰਦੇ ਨੇ ਵੀ ਤੈਨੂੰ ਆਪਣੇ ਪਿੰਡ ਤੋਂ ਬਿਨਾਂ ਕੋਈ ਹੋਰ ਸੁੱਝਦਾ ਨਹੀਂ, ਵੀ ਜਿੱਥੇ ਵੀ ਤੂੰ ਹੁੰਦਾ ਫਰਾਲਾ ਬਾੜ ਦਿੰਦਾ ਜਾਂ ਫਰਾਲੀਏ ਬਾੜ ਦਿੰਦਾ। ਹੁਣ ਪਿੱਛੇ ਜੇ ਮੈਂ ਨਾਵਲ ਲਿਖਿਆ ਇੱਕ, ਹੁਣ ਆਉਣਾ ਸਫ਼ਰ, ਉਹਦਾ ਨਾਂ ਸਫ਼ਰ ਜਾਰੀ ਹੈ। ਉਹ ਸਫ਼ਰ ਵਿੱਚ ਹੁਣ ਮੈਨੂੰ ਇਹ ਨਹੀਂ ਸਮਝ ਲੱਗਦਾ ਮੈਂ ਆਪਣਾ ਪਿੰਡ ਕਿਵੇਂ ਲਿਆਵਾਂ, ਉਹ ਪਿੰਡ ਦੇ ਮੈਂ ਕਰੈਕਟਰ ਲਿਆਉਂਦੇ ਦੋ ਤਿੰਨ ਵੀ ਫਲਾਣਾ ਬੰਦਾ ਫਰਾਲੀਆ। ਮਤਲਬ ਇਹ ਇੱਕ ਨਾ ਪਿੰਡ ਤੁਹਾਨੂੰ ਸਾਰੀ ਉਮਰ ਤੁਹਾਡੇ ਇੱਕ ਜ਼ਹਿਨ 'ਚ ਬੈਠਾ ਰਹਿੰਦਾ, ਪਿੰਡ ਤੁਹਾਡੇ ਅੰਦਰ ਬੈਠਾ ਰਹਿੰਦਾ। ਅਸੀਂ ਪਿੰਡੋਂ ਆ ਗਏ, ਪਿੰਡ ਤੁਹਾਡੇ ਅੰਦਰ ਬੈਠਾ। ਮੇਰੇ ਇਕੱਲੇ ਨਹੀਂ ਬੈਠਾ, ਹਰ ਫਰਾਲੀਏ ਦੇ ਅੰਦਰ ਬੈਠਾ ਮੇਰੇ ਅੰਦਰ। ਜਾਂ ਮੈਨੂੰ ਇਹਦਾ ਫਾਇਦਾ ਤਾਂ ਜ਼ਿਆਦਾ ਆ ਕਿ ਮੈਂ, ਕਿਉਂਕਿ ਮੈਂ ਇੱਕ ਰਾਈਟਰ ਹਾਂ, ਜਦੋਂ ਵੀ ਮੈਂ ਕਿਸੇ ਪਿੰਡ ਨੂੰ ਚਿਤਰਨਾ ਹੁੰਦਾ, ਮੈਂ ਫਰਾਲੇ ਨੂੰ ਚਿਤਰਨਾ, ਫਰਾਲਾ ਮੇਰੇ ਮੂਹਰੇ ਆ ਜਾਂਦਾ। ਮੈਂ ਉਹ ਗਲੀਆਂ, ਉਹ ਬਾਜ਼ਾਰ, ਭਾਵੇਂ ਉਸ ਵੇਲੇ ਛੋਟਾ ਸੀ, ਬਹੁਤ ਕੁਛ ਬਦਲ ਗਿਆ ਹੁਣ, ਅਤੇ ਉਹ ਸਭ ਕੁਛ ਮੈਂ ਜੋ ਕੁਛ ਉੱਥੋਂ ਮੈਂ ਡਰਾਈਵ ਆਊਟ ਜਿੱਥੋਂ ਕੱਢਦਾ ਮੈਂ ਚੀਜ਼, ਉਹ ਮੇਰੇ ਆਪਣੇ ਪਿੰਡ 'ਚੋਂ ਹੁੰਦੀ ਆ। ਮੈਨੂੰ ਜਦੋਂ ਮੈਂ 2 ਸਾਲ ਵਕਾਲਤ ਕੀਤੀ ਨਵੇਂ ਸ਼ਹਿਰ ਵਿੱਚ ਸਿਵਲ ਲਾਇਰ ਦੇ ਤੌਰ 'ਤੇ, ਜਿਹੜੇ ਉਹ ਜਿਹੜਾ ਅਟਵਾਲ ਦਾ ਜੁੜਨਾ ਨਾਲ ਦੇ ਨਾਂ ਦੇ ਨਾਲ, ਉਹ ਫਰਾਲੇ ਦਾ ਜੁੜਨਾ ਹੀ ਆ। ਜਦੋਂ ਵੀ ਅਟਵਾਲ ਜੁੜਦਾ ਸੀ ਮੇਰੇ ਕੋਲ, ਕੋਈ ਨਾ ਕੋਈ ਬੰਦਾ ਆ ਜਾਂਦਾ ਸੀ ਵੀ ਲੈ ਵੀ ਇਹ ਤਾਂ ਸਾਡੇ ਪਿੰਡ ਦਾ ਮੁੰਡਾ ਵਕਾਲਤ ਕਰਦਾ। ਅਤੇ ਇੱਥੇ ਵੀ ਜਦੋਂ ਕੋਈ ਪਿੰਡ ਦਾ ਬੰਦਾ ਮਿਲਦਾ ਜਾਂ ਅਟਵਾਲ ਮਿਲਦਾ, ਸਾਨੂੰ ਬੜੀ ਖੁਸ਼ੀ ਹੁੰਦੀ ਹੈ। ਖੈਰ ਇਹ ਤਾਂ ਇੱਕ ਚਲੋ ਵੱਖਰੀ ਗੱਲ ਹੈ, ਪਰ ਮੈਂ ਜਿਹੜਾ ਜੋ ਕੁਛ ਆਪਣਾ ਪਿੰਡ, ਮੇਰਾ ਪਿੰਡ ਮੇਰੇ ਲਈ ਉਹਦੀ ਬੜੀ ਅਹਿਮੀਅਤ ਇਸ ਕਰਕੇ ਬਣਦੀ ਹੈ ਕਿ ਉਹ ਮੇਰੀਆਂ ਯਾਦਾਂ ਵਿੱਚ ਇਵੇਂ ਵਸਿਆ ਹੋਇਆ ਜਿਵੇਂ ਮਤਲਬ ਇੱਕ ਕੋਈ ਇੱਕ ਦ੍ਰਿਸ਼ ਹੁੰਦਾ ਜਿਹੜਾ ਕਦੇ ਮਿਟ ਨਹੀਂ ਸਕਦਾ। ਮੈਂ ਜਦੋਂ ਪਿੰਡ ਤੋਂ ਯੂਨੀਵਰਸਿਟੀ ਪੜ੍ਹਨ ਗਿਆ, ਮੇਰਠ ਯੂਨੀਵਰਸਿਟੀ ਅਸੀਂ ਦੋਸਤ ਪੜ੍ਹਦੇ ਹੁੰਦੇ ਸੀ, ਮੇਰਾ ਕਈ ਵਾਰ ਦਿਲ ਕਰਨਾ ਮੈਨੂੰ ਪਿੰਡ ਨੇ ਇੰਨਾ ਖਿੱਚ ਪਾਉਣੀ, ਮੈਂ ਆਪਣਾ ਸਭ ਕੁਝ ਵਿੱਚ ਛੱਡ ਕੇ ਪਿੰਡ ਨੂੰ ਭੱਜ ਆਉਣਾ, ਅਤੇ ਉਹਨਾਂ ਗਲੀਆਂ 'ਚ ਤੁਰਿਆ ਫਿਰਨਾ, ਉਹਨਾਂ ਨੇ ਮੋੜਾਂ 'ਤੇ ਜਾਣਾ, ਜਿਹੜਾ ਜਿੱਥੇ ਜੇ ਖਾਸ ਖਾਸ ਜਗ੍ਹਾ ਜਿੱਥੇ ਦੋਸਤਾਂ ਨਾਲ ਬੈਠਦੇ ਹਾਂ, ਉਹ ਮੈਨੂੰ ਬੜਾ ਚੰਗਾ ਲੱਗਦਾ ਹੁੰਦਾ ਸੀ। ਅਤੇ ਜਿਹੜਾ ਅਸਲ ਵਿੱਚ ਤਾਂ ਜਿਹੜਾ ਜਿਵੇਂ ਹਰ ਬੰਦੇ ਨੂੰ ਆਪਣਾ ਬਚਪਨ ਵਾਲਾ ਜਾਂ ਸ਼ਹਿਰ ਆ ਜਾਂ ਪਿੰਡ ਆ ਉਹ ਚੰਗਾ ਲੱਗਦਾ, ਮੇਰੇ ਪਿੰਡ ਦੇ ਲੋਕਾਂ ਨੂੰ ਵੀ ਚੰਗਾ ਲੱਗਦਾ ਹੋਵੇਗਾ। ਅਤੇ ਜਿਹੜਾ ਜਦੋਂ ਅਸੀਂ ਦੂਜੇ ਦੇਸ਼ ਵਿੱਚ ਆ ਜਾਂਦੇ ਹਾਂ, ਮੈਨੂੰ ਇਹ ਲੱਗਦਾ ਕਿ ਸ਼ਾਇਦ ਪਿੰਡ ਸਾਨੂੰ ਨਹੀਂ ਭੁੱਲਦਾ। ਮੈਨੂੰ ਹੁਣ ਪਤਾ ਨਹੀਂ ਬਾਕੀਆਂ ਬਾਰੇ, ਪਰ ਜਿਹੜੇ ਮੈਂ ਹੋਰ ਤਜਰਬਾ ਤੁਹਾਨੂੰ ਦੱਸਦਾ ਕਿ ਜਿਹੜੇ ਲੋਕ ਪਿੰਡ ਤੋਂ ਉੱਠ ਕੇ ਚੰਡੀਗੜ੍ਹ ਜਲੰਧਰ ਕਿਸੇ ਸ਼ਹਿਰ ਜਾ ਵੱਸਦੇ, ਉਹ ਪਿੰਡ ਭੁੱਲ ਜਾਂਦੇ ਆ। ਜਿਹੜੇ ਅਸੀਂ ਇੱਥੇ ਦੱਸਾਂ, ਜਿਹੜਾ ਡਾਇਸਪੋਰਾ ਵੱਸਦਾ ਇੱਥੇ, ਜਾਂ ਜਿਹੜੇ ਬੰਦੇ ਅਸੀਂ ਬਾਹਰਲੇ ਮੁਲਕਾਂ ਜਾ ਕੇ ਵੱਸ ਗਏ ਹਾਂ, ਸਾਨੂੰ ਪਿੰਡ ਵਾਰ ਵਾਰ ਹੌਂਡ ਕਰਦਾ। ਮੇਰੇ ਬੱਚਿਆਂ ਨੂੰ ਉੱਦਾਂ ਨਹੀਂ ਹੌਂਡ ਕਰਨਾ, ਕਿਉਂਕਿ ਪਿੰਡ ਤਾਂ ਮੇਰਾ ਉਹ, ਠੀਕ ਹੈ ਨਾ। ਉਹ ਇਸ ਤਰੀਕੇ ਨਾਲ ਵਾਰ ਵਾਰ ਹੌਂਡ ਕਰਦਾ ਸਾਨੂੰ, ਅਸੀਂ ਵਾਰ ਵਾਰ ਪਿੰਡ ਵੱਲ ਨੂੰ ਭੱਜਦੇ ਹਾਂ। ਮੈਂ ਮੇਰੇ ਫਾਦਰ ਹੋਣੀ, ਮੇਰੀ ਮਦਰ ਦੀ ਡੈਥ ਹੋ ਗਈ ਸੀ 94 'ਚ,
मैं फादर नूं इत्थे लै आया। मेरे फादर हुणी मैनूं कहिंदे वी देख कुछ महीनों बाद वी मेरा दिल नहीं लगता मैं पिंड चलिया, मैं अपने पिंडे रहना चाहुंदा। तो वो पिंड चले जाते सी, आ जाते महीना रह जाते सी। जदों वो उन्हां दी 2009 च उन्हां दी डैथ हो गई तो उन्होंने डॉक्टर नूं कहा वी मैं अपने पिंड जाके मरना चाहुंदा। असी मतलब मैं भी बहुत देर यही सोचता रहा कि मैं जिहड़ा मेरा जिहड़ा अंतिम संस्कार जां संस्कार होवे वह मेरे पिंड होवे। असी अपने पिंड वालों भजदे आ, पर मेरे फादर ने फिर मैनू पहला कन्विंस इस तरीके करने की कोशिश की, जो उन्होंने लग्या ना मैं नहीं बचना, कि वह कहें कि भी इतने कितना खर्च होएगा फ्यूनरल पर, तो उन्होंने पता किया भी 3000 या कितना होएगा, उन्हें 3000 रुपये बनाए। तो मेरे फादर ने कहते इन्ना कि बालन 200 रुपए का बालन लगना, इन्ना बालन घर पिया, तेन लोड़ ही नहीं पैनी, चल तू टिकटा लाया, टिकटा फिर भी सस्तियां पड़िया। पर चलो ये एक मतलब किसी भी मैं अपने पिंड जाना, पिंड का साडा इदा मोह हों। तो मेरे जेडे नावल च कोई भी पिंड आता बार बार वह फराला ही होंगे, मेरा पिंड हों, कोई वो मोड़ गलियाँ उ होंदिया। मेरा जो मैं इतने नवा नवा आया तो मेरा एक दोस्त मैं कहता आरिश दोस्त मैं कहता तू पिंड पिंड तो रहने वाला शहर का रहने वाला, मैं मैं पिंड का रहने वाला, कहता अपने पिंड बारे गल दस कोई। तो मैं उन्होंने पिंड में दसिया भी मेरे पिंड एक तला है, गुरद्वारा, गुरद्वारे दो लंबे लंबी खजूर आ, खजूर से असं बट्टे मार के लंबी खजूर बट्टे तोड़ते होंगे सी, खजूर तोड़ते सी बट्टे इट्टा मार के रोड़े मार के, जो पिंड बड़ो बारह खजूर दूर दस पैदा सी, तो गुरद्वारे गुंबद दस पैना। फराला वो आ जिहड़ा मेरी जात बसया होया, हुण फराला बदल गया, बहुत तरक्की की फराले ने, तो मतलब बहुत बदल गया, कोठियां बन गई, गुरद्वारा साहब बहुत वधिया बन गया, पर साडे वेले जिहड़ा गुरद्वारा सी वो सानू मेरे चेते जो बसया होया हले भी। मैं फिर वह अच्छा मैं वो पिंड बारे पुछया तू अपना पिंड दस, उन्हां उहदा पिंड आयरलैंड भी सी डोनोमोर, मैं डोनोमोर उन्होंने मैंने अपने दस्या पिंड मेरा इहो जिहा इदां इहो जिहा उत्थे पब आ, इहो जिहे लोक आ, इहो जिहे वो एक सड़क के उत्ते गेम खेलते कोई वो गेम खेलते हैं असी। तो फिर वो मैनू कहिंदा फिर मेरे पिंड आया, वो फराले आया IT1 दे विच मेरे नाल डेढ़ दो महीने फराले रहा, तो वो मैं पिंड की फीलिंग लैन दे मैं वो पिंड गया। इस तरीके एक जिहड़ा ना जिथे तुहाडा मतलब वो पिंड शहर तो एक अपने आप हुंदा, पर जिथे तुहाडा बचपन हुंदा तुहाडे दोस्त भी जिहड़े हुंदे आ तुसीं वो फील करदे मेरे दोस्त कित्थों आया किहो जिही दी लाइफ सी। तो इस तरीके मेरा पिंड मैनू बड़ा मैनू हॉन्ट करदा। फिर एक मैं अच्छा हर बंदे दा पिंड जिन्हें मेरे पिंड के लोग भी आ उम्र के हिसाब से थोड़े वखरा वखरा पिंड हुंदा। मैं जिवें दस्सिया कि मेरा जिहड़ा बचपन सी बचपन च तला सी, तला की सफाई ने पहला मैं तला च लोग नहाते देखे कपड़े धोते देखे, फिर वह तला छप्पड़ बन गया संभालनी हुई, वो छप्पड़ बन गया तो पूर के गुरद्वारा बनाया हूँ बहुत बढ़िया उन्होंने। जदों साढ़े वेले असं इमेजिन नहीं कर सकते भी तला पूरे जा सकेगा तो गुरद्वारे बच्चे जमा जमीन आ जाएगी, पर बहुत बढ़िया बनया। तो पर वो साढ़े वो तला वो मेरे वेले बोड़ा होंदिया सी, असी बोड़ा जंग पलंगा खेलते बचपन च। मैनू मैं इतने इंग्लैंड भी देश प्रदेश परचा निकलता से हूँ तक करोना करके कुछ बंद हो गया, वो मैं कई साल एक आर्टिकल लिखता रहा जिहदा नाम सी बोड़ा हेठ। मैं वो पिंड दे खास घटनावां जिहड़ी मेरे चेते च बैठिया सी मैं वो लिखता हुंदा सी। वो मैनू मेरी मिसटेक ना मैं वो मेरे तो गुम हो गया सारे आर्टिकल, नहीं तो मैं वह किताब छपांदा। तो वो कुछ पिंड हर पिंड के करैक्टर होंगे आ, कुछ खास करैक्टर होंगे आ, हर एज में करैक्टर होंगे आ, जिहड़े मेरी एज तो बाद दे बंदे आए होंगे उन्होंने वक्रे किस्म के करैक्टर मिलते होंगे, जिन्हें तुसीं इंजॉय करते हैं, जिन्हां नाल तुसीं आइडेंटीफाई करते हैं, वो उहो जिहे तुहानूं बंदे मिलते रहिंदे आ। तो मैं जिहड़ा जिहड़ा जो कुछ मैं आइडेंटीफाई इस चीज़ नाल करदा वो अपने एक उस वेले का जिहड़ा चौखटा सी पिंड दा, जिहड़े जिहड़े हुण तो अंडरग्राउंड गलियां बन गईआं, तो जदों अंडरग्राउंड नालियां बन गईआं, बत्तियां लाइटां लग गईआं, उस वेले दे पिंड दा मैं आइडेंटीफाई करदा। पर हुण भी पिंड पिंड तां मेरा वो हर चीज़ बदलदी है, तब्दीली लाइफ दा एक हिस्सा हुंदी आ, पिंड बदल गया, पिंड वधिया तरक्की कर गया, तो उस वेले जो कुछ मैनूं वो हाले भी मेरी जात च बैठा। उस वेले दे कुछ गल्लां जिहड़ियां मैनूं इदां लगदा वी जिहड़ा हर बंदे बंद तुसीं कितें चले जाते हैं किसी जिहड़ा तुहाडा जीवन हुंदा उस वेले तुहानूं उन्हां तुसीं उन्हों बारे बार बार भी रीविजिट करते हैं अपनी लाइफ बारे बचपन बारे जां उस टाइम बारे। तो जदों मैं रीविजिट करदा अपने पिंड नूं तो मैनूं उस वेले दीआं चीज़ां बहुत सारियां चेते आउंदियां। मैं कुछ जिहड़ियां घटनावां
ਜਿਹਨਾਂ ਦਾ ਮੈਂ ਜ਼ਿਕਰ ਵੀ ਕੀਤਾ, ਕੁਛ ਵਧੀਆ ਕੁਛ ਫਨੀ ਘਟਨਾਵਾਂ ਉਸ ਵੇਲੇ ਚੇਤੇ ਆਉਂਦੀਆਂ। ਕੁਛ ਕਰੈਕਟਰ ਹੁੰਦੇ ਆ ਜਿੱਥੇ ਕਿ ਮੇਰਾ ਘਰ ਆ ਉੱਥੇ ਇੱਕ ਗਵਲਾ ਖੂਹ ਹੈ, ਗਵਲੇ ਖੂਹ ਦੇ ਆਲੇ ਦੁਆਲੇ ਜਿਹੜੇ ਉਸ ਵੇਲੇ ਦੇ ਕਰੈਕਟਰ ਹੁੰਦੇ ਸੀ, ਉਹ ਛੋਟੀਆਂ ਦੁਕਾਨਾਂ ਹੁੰਦੀਆਂ ਸੀ, ਉਹ ਜਿਹੜੇ ਬੰਦੇ ਹੁੰਦੇ ਸੀ ਉਹ ਹਾਲੇ ਵੀ ਚੇਤੇ ਆਉਂਦੇ ਆ। ਉਹ ਉਹਨਾਂ ਦੇ ਬਾਰੇ ਮੈਂ ਲਿਖ ਰਿਹਾ ਵੀ ਬਹੁਤ ਸਾਰਾ। ਅਤੇ ਉੱਥੇ ਜਿਹੜੇ ਬੰਦੇ ਖੂਹ ਦੇ ਉੱਤੇ ਬੰਦੇ ਬੈਠਦੇ ਸੀ, ਜਦੋਂ ਖੂਹ ਚੱਲਦਾ ਸੀ, ਖੂਹ ਤੋਂ ਸਵੇਰੇ ਪਾਣੀ ਭਰਦੇ ਸੀ ਲੋਕ, ਮੈਂ ਉਹ ਵੀ ਦੇਖੇ। ਖੂਹ 'ਚ ਕਿਸੇ ਦੀ ਬਾਲਟੀ ਡਿੱਗ ਪੈਣੀ, ਉਹ ਕੱਢਣ ਜਾਣਾ, ਉਹ ਵੀ ਦੇਖਾ ਮੈਂ ਜ਼ਮਾਨਾ। ਅਤੇ ਫਿਰ ਬਾਅਦ 'ਚ ਜਦੋਂ ਮੈਂ ਆ ਗਿਆ ਫਿਰ ਖੂਹ ਪੂਰਤਾ, ਮੈਨੂੰ ਲੱਗਦਾ ਵੀ ਜੇ ਖੂਹ ਪੂਰਨ ਦਾ ਕਿਸੇ ਹੋਰ ਨੂੰ ਦੁੱਖ ਹੋਇਆ ਤਾਂ ਉਹ ਵੀ ਮੈਨੂੰ ਬਹੁਤ ਦੁੱਖ ਹੋਇਆ ਸੀ। ਅਤੇ ਪਰ ਚਲੋ ਉਹ ਲੋੜ ਦੇ ਹਿਸਾਬ ਨਾਲ ਖੂਹ ਸੁੱਕ ਗਏ, ਖੂਹਾਂ ਦੀ ਉਹ ਚੀਜ਼ ਨੇ ਪਾਣੀ ਥੱਲੇ ਚਲ ਗਿਆ ਜਾਂ ਪਾਣੀ ਖਤਮ ਹੋ ਗਿਆ। ਅਤੇ ਪਰ ਮੈਨੂੰ ਉਹ ਜਿਹੜਾ ਖੂਹ ਦੇ ਨਾਲ ਚੌਂਤੜਾ ਹਾਲੇ ਵੀ ਉੱਦਾਂ ਹੀ ਮੇਰੇ ਚੇਤੇ 'ਚ ਬੈਠਾ ਹੋਇਆ। ਹੁਣ ਚੌਂਤੜਾ ਛੋਟਾ ਵੀ ਹੋ ਗਿਆ ਸੀ, ਪਤਾ ਨਹੀਂ ਕੀ ਰੀਜ਼ਨ ਸੀ ਉਹਦੇ। ਖੈਰ ਬਹਰਹਾਲ ਮੈਂ ਜੋ ਕੁਛ ਆਪਣੇ ਪਿੰਡ ਬਾਰੇ ਗੱਲਾਂ, ਕੁਛ ਦੋ ਤਿੰਨ ਗੱਲਾਂ ਜਿਹੜੀਆਂ ਮੈਨੂੰ ਉਹਦੀਆਂ ਗੱਲਾਂ ਹਾਲੇ ਵੀ ਚੇਤੇ ਆਉਂਦੀਆਂ। ਇੱਕ ਤਾਂ ਜਿਹੜੀ ਖਾਸ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਕਿ ਇੱਕ ਵਾਰ ਸਾਡੇ ਪਿੰਡ ਛੜੇ 'ਤੇ ਵਿਆਹ ਲੜ ਪਏ। ਉਹ ਕਹਿੰਦੇ ਵੀ ਜਿਹੜੇ ਛੜੇ ਹੁੰਦੇ ਉਹ ਤਕੜੇ ਹੁੰਦੇ ਆ, ਅਤੇ ਵਿਆਹ ਕਹਿਣ ਵੀ ਅਸੀਂ ਤਕੜੇ ਹਾਂ। ਅਤੇ ਉਹ ਕਹਿੰਦੇ ਇਸ ਤਰ੍ਹਾਂ ਕਰੋ, ਕਬੱਡੀ ਦਾ ਮੈਚ ਕਰਾ ਲਓ। ਸਾਡੇ ਪਿੰਡ ਛੜਿਆਂ ਅਤੇ ਵਿਆਹਾਂ ਦਾ, ਜਿਹੜੇ ਮੇਰੀ ਉਮਰ ਦੇ ਬੰਦੇ ਉਹਨਾਂ ਨੂੰ ਚੇਤੇ ਹੋਗਾ, ਠੀਕ ਹੈ ਨਾ। ਜਿਹੜੇ ਬੱਚੇ ਮੇਰੇ ਤੋਂ 15-10 ਸਾਲ ਬਾਅਦ ਦੀ ਪੀੜ੍ਹੀ ਆ, ਉਹਨਾਂ ਨੂੰ ਨਹੀਂ ਪਤਾ ਹੋਏਗਾ, ਪਰ ਉਹ ਆਪਣੇ ਬਜ਼ੁਰਗਾਂ ਨੂੰ ਪੁੱਛ ਸਕਦੇ। ਸਾਡੇ ਪਿੰਡ ਛੜਿਆਂ ਅਤੇ ਵਿਆਹਾਂ ਦਾ ਮੈਚ ਹੋ ਗਿਆ। ਵਿੱਚ ਕੋਈ ਝਗੜੇ ਵੀ ਹੋਏ, ਕੁਛ ਉਤਰਾਅ ਚੜ੍ਹਾਅ ਵੀ ਆਏ। ਅਤੇ ਜਿਹੜਾ ਸਭ ਤੋਂ ਵਧੀਆ ਗੱਲ ਹੋਈ ਕਿ ਛੜੇ ਇੱਕ ਨੰਬਰ ਨਾਲ ਚੇਤੇ ਗਏ ਵਿਆਹਾਂ ਨੂੰ, ਠੀਕ ਹੈ। ਅਤੇ ਵਿਆਹ ਉਹਨਾਂ ਨਮੋਸ਼ੀ ਤਾਂ ਨਹੀਂ ਮੰਨਣੀ ਚਾਹੀਦੀ, ਪਰ ਉਹ ਜਿਹੜੇ ਛੜਿਆਂ ਦੀ ਲੱਤ ਉੱਤੇ ਹੋ ਗਏ। ਅਤੇ ਸਾਡੇ ਪਿੰਡ ਛੜੇ ਜ਼ਿਆਦਾ ਸੀਗੇ ਉਸ ਵੇਲੇ, ਹੁਣ ਵੀ ਛੜੇ ਬਹੁਤ ਆ, ਛੜਿਆਂ ਤਾਂ ਮਤਲਬ ਮੌਕੇ ਦੇ ਹਿਸਾਬ ਨਾਲ, ਪਰ ਉਸ ਵੇਲੇ ਕੁਛ ਹੋਰ ਇਹੋ ਜਿਹੀਆਂ ਘਟਨਾਵਾਂ ਪਿੰਡ ਵਿੱਚ ਐਸੀਆਂ ਵਾਪਰਦੀਆਂ ਸੀ ਜਿਹੜੀ ਤੁਹਾਨੂੰ ਅਮੇਜ਼ ਕਰਦੀਆਂ, ਜਿਹੜੀ ਤੁਹਾਡੀ ਸਾਰੀ ਉਮਰ ਤੁਹਾਡੇ ਨਾਲ ਚੱਲਦੀਆਂ। ਮੈਂ ਉਹ ਜਿਹੜਾ ਮੈਂ ਤੁਹਾਨੂੰ ਦੱਸਿਆ, ਮੈਂ ਦੇਸ਼ ਵਿਦੇਸ਼ ਮੇਰਾ ਆਰਟੀਕਲ ਛਾਪਦਾ ਸੀ, ਉਹਦੇ 'ਚ ਮੈਂ ਬਹੁਤ ਸਾਰੀਆਂ ਘਟਨਾਵਾਂ ਲਿਖੀਆਂ ਸੀ। ਅਤੇ ਮੈਨੂੰ ਕਿਸੇ ਨੇ ਕਿਹਾ ਵੀ ਸੀ ਇੱਕ ਵਾਰੀ, ਉਹ ਮੈਨੂੰ ਜਾਣਦਾ ਨਹੀਂ ਸੀ ਕਿ ਮੈਂ ਰਾਈਟਰ ਹਾਂ, ਉਹ ਕਹਿੰਦਾ ਸੀ ਯਾਰ ਆਪਣੇ ਪਿੰਡ ਦੀਆਂ ਪਤਾ ਨਹੀਂ ਕੌਣ ਗੱਲਾਂ ਲਿਖੀ ਜਾਂਦਾ। ਅਤੇ ਇਸ ਤਰੀਕੇ ਨਾਲ ਉਹ ਜਿਹੜਾ ਪਿੰਡ ਆ, ਪਿੰਡ ਤੁਹਾਡੇ ਨਾਲ ਤੁਹਾਡੇ ਅੰਦਰ ਸੌਦਾ ਰਹਿੰਦਾ। ਮੈਂ ਤੁਹਾਨੂੰ ਆਪ ਇੱਕ ਥੋੜ੍ਹੀ ਗੱਲ ਦੱਸਣੀ ਕੋਸ਼ਿਸ਼ ਕਰਦਾ ਕਿ ਮੇਰੇ ਫਾਦਰ ਸਾਹਿਬ ਨੂੰ ਮੈਂ ਨਾ ਐਂਡ ਵਿੱਚ ਥੋੜ੍ਹੀ ਜਿੱਦਾਂ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਮੈਨੂੰ ਲੱਗਦਾ ਸੀ ਕਿ ਉਹਨਾਂ ਡਿਮੈਂਸ਼ੀਆ ਨਾ ਹੋ ਜਾਵੇ, ਚੀਜ਼ਾਂ ਭੁੱਲਣ ਲੱਪਣ। ਮੈਂ ਉਹਨਾਂ ਕੋਲ ਬੈਠ ਕੇ ਪਿੰਡ ਦੀ ਬਹੁਤ ਸਾਰੀਆਂ ਗੱਲਾਂ ਕਰਦਾ ਸੀ ਵੀ ਮੈਂ ਇਹਨਾਂ ਨੂੰ, ਪਰ ਉਹ ਪਿੰਡ ਦੀਆਂ ਗੱਲਾਂ ਕਰਕੇ ਬਹੁਤੀਆਂ ਖੁਸ਼ ਹੁੰਦੇ ਸੀ। ਮੈਂ ਕਹਿੰਦਾ ਉਹ ਫਲਾਣੀ ਪੀੜ੍ਹੀ ਦਾ ਫਲਾਣੇ ਬੰਦੇ ਦਾ ਆਇਆ ਸੀ, ਜਾਂ ਉਹ ਫਲਾਣੀ ਗਲੀ ਬਣਾਈ ਨਹੀਂ, ਜਾਂ ਉਹ ਇਸ ਤਰ੍ਹਾਂ, ਉਹ ਜਿਹੜੀ ਪਿੰਡ ਦੀ ਗੱਲ ਲੈਣੀ ਜਾਂ ਖੇਤਾਂ ਦੀ ਵੀ ਸਾਡੇ ਉਹ ਜਿਹੜਾ ਫਲਾਣਾ ਖੇਤ ਸੀ ਉਸ ਤਰ੍ਹਾਂ ਸੀ, ਇਹ ਸੀ ਉਹ ਸੀ, ਇਹ ਜਾਣੀ ਕਿ ਇਹੋ ਜਿਹੀ ਪਿੰਡ ਦੀਆਂ ਗੱਲਾਂ ਕਰਕੇ ਮੇਰੇ ਫਾਦਰ ਸਾਹਿਬ ਨੇ ਇੰਨੇ ਖੁਸ਼ ਹੋਣਾ ਕਿ ਉਹਨਾਂ ਨੂੰ ਮਤਲਬ ਉਹਨਾਂ ਦਾ ਜੋ ਕੁਛ ਥੋੜ੍ਹੀ ਬਹੁਤੀ ਬਿਮਾਰੀ ਵੀ ਹੋਵੇ, ਕੁਛ ਦੁੱਖ ਦਾ ਵੀ, ਉਹ ਸਭ ਭੁੱਲ ਜਾਣਾ। ਸੋ ਦੋਸਤੋ, ਫਰਾਲਾ ਜ਼ਿੰਦਾਬਾਦ। ਥੈਂਕ ਯੂ।